ਜਦੋਂ ਸ਼ੂਟ ਚੱਲ ਰਿਹਾ ਹੁੰਦਾ ਭੱਲਾ ਸਾਹਿਬ ਤੁਹਾਡੇ ਕੋਲ ਖੜੇ ਹੁੰਦੇ ਆ ਕੋਈ ਰੋਮਾਂਟਿਕ ਜਾਂ ਜਦੋਂ ਸੀਨ ਆਉਂਦਾ ਉਦੋਂ ਤੁਸੀਂ ਔਕਵਰਡ ਹੁੰਦੇ ਹੋ ਥੋੜਾ ਜਿਹਾ ਨਹੀਂ ਨਹੀਂ ਉਦੋਂ ਮੈਂ ਸਿੰਦਰ ਭਾਈ ਨੂੰ ਕਹਿ ਜਾਣਾ ਪਾਸੇ ਲੈ ਜਾਓ ਇਹਨਾਂ ਨੂੰ ਜਾਂ ਜਦੋਂ ਉਹਨਾਂ ਦਾ ਚੱਲ ਰਿਹਾ ਹੁੰਦਾ ਫਿਰ ਉਹ ਮੈਨੂੰ ਭੇਜ ਦਿੰਦੇ ਇੱਧਰ ਲੰਬਾ ਮੁੰਡਾ ਵੀ ਹੈ ਇੱਧਰ ਥੋੜਾ ਛੋਟੀ ਹਾਈਟ ਵਾਲਾ ਮੁੰਡਾ ਵੀ ਹੈ ਉਹਨਾਂ ਨੇ ਫਾਇਦੇ ਕਰਾਉਣੇ ਆ ਕਿ ਲੰਬੇ ਮੁੰਡੇ ਨਾਲ ਵਿਆਹ ਕਰਨ ਦੇ ਕੀ ਫਾਇਦੇ ਹੁੰਦੇ ਆ ਤੇ ਤੁਸੀਂ ਕਰਾਉਣੇ ਆ ਛੋਟੀ ਹਾਈਟ ਵਾਲ ਨਾਲ ਵਿਆਹ ਕਰਨ ਦੇ ਕੀ ਫਾਇਦੇ ਹੁੰਦੇ ਆ ਠੀਕ ਹੈ ਜੀ ਹੋ ਜਾ ਸ਼ੁਰੂ ਅਨਵਾਦ ਦੇਖੋ ਪੱਖੇ ਪੁੱਖੇ ਟਾਈਮ ਨਾਲ ਸਾਫ਼ ਹੋ ਜਾ ਕਰਨਗੇ ਅੱਛਾ ਮੈਨੂੰ ਲੱਗਦਾ ਇਹ ਗੱਲਾਂ ਛੋਟੇ ਹੁੰਦੇ ਸੁਣਦੇ ਆਏ ਹੋਣੇ ਨਾ ਯਾਰ ਤੂੰ ਲੰਬਾ ਪੱਖੇ ਸਾਫ਼ ਕਰਦੇ ਬਲਬ ਲਾ ਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਕਨੈਕਟ ਦਾ ਯੂਟਿਊਬ ਚੈਨਲ ਮੈਂ ਹਾਂ ਐਵੀ ਅਤੇ ਹਰ ਹਫ਼ਤੇ ਪੰਜਾਬੀ ਇੰਡਸਟਰੀ ਦੇ ਵਿੱਚ ਕੋਈ ਨਾ ਕੋਈ ਨਵੀਂ ਫਿਲਮ ਰਿਲੀਜ਼ ਹੁੰਦੀ ਹੈ ਅਤੇ ਫਿਲਮ ਦੀ ਸਟਾਰ ਕਾਸਟ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਅਤੇ ਇਸ ਹਫ਼ਤੇ 3 ਜੂਨ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਮਾਹੀ ਮੇਰਾ ਨਿੱਕਾ ਨਹੀਂ ਮਾਹੀ ਨਵੀਂ ਨਿੱਕਾ ਮਾਹੀ ਮੇਰਾ ਨਿੱਕਾ ਜਿਹਾ ਮੇਰੇ ਨਾਲ ਨੇ ਪੁਖਰਾਜ ਭੱਲਾ ਹਸ਼ਨੀਨ ਚੌਹਾਨ ਐਂਡ ਕਰਨ ਦਿਓਲ ਵੈਲਕਮ ਟੂ ਕਨੈਕਟ ਐਫ ਐਮ ਕੈਨੇਡਾ अच्छा पाजी थोड़ी हाइट वैसे इन्नी भी निक्की नहीं हैगी तुहानू नहीं लगता कि अंडर एस्टिमेट किया गया नहीं एक्चुअली नाल दे थोड़े ज्यादा लंबे ने ना सो इस करके जिहड़ी कास्टिंग हैगी बड़ी एप्रोप्रिएट कीती गई है जी अच्छा जो शूट चल रहा सीगा उस टाइम कितने कैमरा एंगल्स वखरे वखरे ढंग नाल यूज किए हुण ताकि तुसीं थोड़ा होर छोटे दिखो और थोड़े होर लंबे दिखण या डायरेक्टर ने कितने कहा होवे मोढे थोड़े थले कर ला नहीं एक्चुअली इदां हुंदा जी जदों वैसे भी तुसीं हाइट दिखाउणी हुंदी है तां ਲੱਤਾਂ ਫੈਲਾ ਕੇ ਖੜਨਾ ਪੈਂਦਾ ਹੁੰਦਾ ਜਦੋਂ ਕੋਈ ਵੀ ਸ਼ਾਟ ਚੱਲ ਰਿਹਾ ਹੁੰਦਾ ਜਦੋਂ ਤੁਸੀਂ ਥੋੜ੍ਹਾ ਹਾਈਟ ਥੋੜ੍ਹੀ ਛੋਟੀ ਦਿਖਾਉਣੀ ਹੁੰਦੀ ਹੈ ਜਾਂ ਤੁਸੀਂ ਕਰੈਕਟਰ ਦੂਜਾ ਜ਼ਿਆਦਾ ਡੋਮੀਨੇਟਿੰਗ ਦਿਖਾਉਣਾ ਹੁੰਦਾ ਸੋ ਉਹ ਚੀਜ਼ਾਂ ਤਾਂ ਕਾਫੀ ਕੀਤੀਆਂ ਜੀ ਪਰ ਉੱਦਾਂ ਜਿਵੇਂ ਜੇ ਅਸੀਂ ਗੱਲ ਕਰੀਏ ਜੇ ਹਸ਼ਨੀਨ ਫਲੈਟਸ 'ਚ ਹੋਣ ਤੁਸੀਂ ਫਿਲਮ 'ਚ ਤਾਂ ਨਹੀਂ ਹਿੱਲ ਪਾਈ ਫਲੈਟਸ ਹਾਂ ਇਹਨਾਂ ਨੇ ਫਲੈਟਸ ਹੀ ਪਾਏ ਨੇ ਅਤੇ ਫਿਰ ਉਹ ਕੁਦਰਤੀ ਥੋੜ੍ਹਾ ਜਿਹਾ ਸਾਡਾ ਫਰਕ ਜਿਹੜਾ ਹੈਗਾ ਆਪਸ ਦੇ ਵਿੱਚ ਜਿੰਨਾ ਕੁ ਦਿਖਦਾ ਸੀਗਾ ਫਿਰ ਉਹਦੇ ਲਈ ਥੋੜ੍ਹਾ ਬਹੁਤ ਲੱਤਾਂ ਲੁੱਤਾਂ ਦਾ ਯੂਜ਼ ਕਰਨਾ ਪੈਂਦਾ ਸੀ ਫੈਲਾ ਕੇ ਅਤੇ ਜਿਹੜੇ ਓ ਐੱਸ ਸ਼ਾਰਟਸ ਹੁੰਦੇ ਸੀ ਉਹਨਾਂ ਦੇ ਵਿੱਚ ਅੱਛਾ ਇਸ ਫਿਲਮ ਦੀ ਨਾ ਕਾਸਟਿੰਗ ਸਿਲੈਕਸ਼ਨ ਬਹੁਤ ਇੰਟਰਸਟਿੰਗ ਰਹੀ ਹੋਣੀ ਹੈ ਇਸ ਫਿਲਮ ਦੇ ਲਈ ਕਿਸ ਤਰ੍ਹਾਂ ਤੁਹਾਨੂੰ ਅਪਰੋਚ ਕੀਤਾ ਗਿਆ ਜਾਂ ਕੋਈ ਇੱਦਾਂ ਦਾ ਕਰੈਕਟਰ ਸੀਗਾ ਜਿਹੜਾ ਬੜਾ ਟਿਪੀਕਲ ਜਿਹਾ ਲੱਗ ਰਿਹਾ ਸੀਗਾ ਉਸਦੀ ਕਾਸਟਿੰਗ ਟਿਪੀਕਲ ਲੱਗ ਰਹੀ ਸੀ ਜਦੋਂ ਕਾਲ ਆਈ ਫਿਲਮ ਵਾਸਤੇ ਤਾਂ ਉਹਨਾਂ ਨੇ ਪੁੱਛਿਆ ਤੁਹਾਡੀ ਹਾਈਟ ਕਿੰਨੀ ਹੈ ਅੱਛਾ ਤਾਂ ਮੈਨੂੰ ਆਏ ਸੀ ਵੀ ਇੱਕ ਦੋ ਪਹਿਲਾਂ ਓਪਰਚੁਨਿਟੀਜ਼ ਨਾ ਵੀ ਲੋਕਾਂ ਨੇ ਵੀ ਐਵੇਂ ਮਨਾ ਕਰਤੀਆਂ ਵੀ ਕੁੜੀ ਹੀਰੋ ਨਾਲੋਂ ਜ਼ਿਆਦਾ ਲੰਮੀ ਹੋਊਗੀ ਠੀਕ ਹੈ ਮੈਂ ਆਪਣੀ ਹਾਈਟ ਘਟਾ ਕੇ ਦੱਸਤੀ ਅਤੇ ਉਹ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਨਹੀਂ ਵੀ ਇਹਨਾਂ ਨੂੰ ਤਾਂ ਬਲਕਿ ਜ਼ਿਆਦਾ ਹਾਈਟ ਦੀ ਹੀ ਜ਼ਰੂਰਤ ਸੀਗੀ ਅਤੇ ਫਿਰ ਉਹਨਾਂ ਨੂੰ ਮੈਂ ਕਾਲ ਬੈਕ ਕੀਤੀ ਅਤੇ ਮੈਂ ਕਿਹਾ ਵੀ ਮੈਂ 8 5 8 8.5 ਕੁ ਹੈਗੀ ਹਾਂ ਤਾਂ ਉਹ ਕਹਿੰਦੇ ਵੀ ਚਲੋ ਆਪਾਂ ਮੀਟਿੰਗ ਰੱਖਦੇ ਹਾਂ ਅਤੇ ਜਦੋਂ ਮੀਟਿੰਗ ਰੱਖੀ ਫਿਰ ਜਿਹੜਾ ਮੇਰਾ ਫਸਟ ਸੀਨ ਹੈ ਫਿਲਮ ਦਾ ਉਹਦਾ ਡਾਇਲੋਗ ਇਨੈਕਟ ਕੀਤਾ ਸੀ ਅਤੇ ਫਿਰ ਫਾਈਨਲਾਈਜ਼ ਹੋ ਗਈ ਫਿਰ ਸਾਨੂੰ ਸਾਰੀ ਨਰੇਸ਼ਨ ਦਿੱਤੀ ਗਈ ਸੀਗੀ ਅਤੇ ਇੱਦਾਂ ਕਾਸਟਿੰਗ ਹੋਈ ਓਕੇ ਅੱਛਾ ਕਰਨ ਤੁਸੀਂ ਬੜੇ ਟਾਈਮ ਬਾਅਦ ਸਾਨੂੰ ਸਕਰੀਨ 'ਤੇ ਦੇਖਣ ਨੂੰ ਮਿਲੋਗੇ ਇਸ ਫਿਲਮ ਦਾ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਇੱਕ ਵਾਰ ਫਿਰ ਤੋਂ ਪੁਖਰਾਜ ਭੱਲਾ ਦੇ ਨਾਲ ਹੋ ਜਸਵਿੰਦਰ ਭੱਲਾ ਅਤੇ ਬਾਕੀ ਸਾਰੀ ਕਾਸਟ ਦੇ ਨਾਲ ਕੰਮ ਕਰ ਰਹੇ ਹੋ ਬਹੁਤ ਵਧੀਆ ਐਕਸਪੀਰੀਅੰਸ ਸੀ ਕਾਫੀ ਕੁਝ ਸਿੱਖਣ ਨੂੰ ਮਿਲਿਆ ਇੱਕ ਵੈਬ ਸੀਰੀਜ਼ ਤੋਂ ਬਾਅਦ ਇੱਕ ਫਿਲਮ ਕਰ ਰਹੀ ਸੀ ਪਹਿਲੀ ਫਿਲਮ ਹੈ ਮੇਰੀ ਇਹ ਅਤੇ ਬਹੁਤ ਵਧੀਆ ਐਕਸਪੀਰੀਅੰਸ ਸੀ ਚੰਦਰ ਬਾਈ ਉਹਨਾਂ ਦਾ ਬਹੁਤ ਸੋਹਣਾ ਕੰਮ ਤੁਹਾਨੂੰ ਦੇਖਣ ਨੂੰ ਮਿਲੂਗਾ 3 ਜੂਨ ਨੂੰ ਅਤੇ ਕੰਫਰਟੇਬਲੀ ਮਾਹੌਲ ਸੀਗਾ ਸਾਰਾ ਅਤੇ ਵਧੀਆ ਮਾਹੌਲ ਸੀ ਅੱਛਾ ਹਸ਼ਨੀਨ ਤੁਸੀਂ ਨਾ ਤੁਣਕਾ ਕੀਤੀ ਉਹ ਇੱਕ ਥੋੜ੍ਹੀ ਸੀਰੀਅਸ ਮੂਵੀ ਸੀਗੀ ਅਤੇ ਹੁਣ ਕੀਤੀ ਹੈ ਮਾਹੀ ਮੇਰਾ ਨਿੱਕਾ ਜਿਹਾ ਇੱਕ ਦੋਨਾਂ ਦੇ ਵਿੱਚ ਕਿੰਨਾ ਕੁ ਤੁਹਾਨੂੰ ਫਰਕ ਲੱਗਾ ਜਾਂ ਕਿੰਨਾ ਕੁ ਇੰਜੋਏ ਜ਼ਿਆਦਾ ਕੀਤਾ ਐਕਚੁਅਲੀ ਤੁਣਕਾ ਬਹੁਤ ਆਫ ਟਰੈਕ ਫਿਲਮ ਸੀਗੀ ਪੰਜਾਬੀ ਇੰਡਸਟਰੀ ਨੂੰ ਜੇ ਆਪਾਂ ਕੰਸਿਡਰ ਕਰੀਏ ਉਹ ਪੂਰੇ ਉਸ ਪੁਆਇੰਟ ਆਫ ਵਿਊ ਤੋਂ ਹੀ ਉਹ ਇੱਕ ਬਿਲਕੁਲ ਹੀ ਐਕਸਪੈਰੀਮੈਂਟਲ ਜਿਹੀ ਚੀਜ਼ ਸੀ ਅਤੇ ਮਾਹੀ ਮੇਰਾ ਨਿੱਕਾ ਜਿਹਾ ਜਿੱਦਾਂ ਦੀਆਂ ਮੋਸਟਲੀ ਪੰਜਾਬੀ ਫਿਲਮਸ ਬਣਦੀਆਂ ਨੇ ਇੱਕ ਕਾਮੇਡੀ ਜੋਨਰ ਨੂੰ ਲੈ ਕੇ ਉੱਦਾਂ ਦੀ ਫਿਲਮ ਹੈ ਬਟ ਲੇਕਿਨ ਇਹਦੇ ਵਿੱਚ ਵੀ ਇੱਕ ਨਵੀਂ ਚੀਜ਼ ਇੱਕ ਨਵਾਂ ਕਨਸੈਪਟ ਨੂੰ ਥੋੜ੍ਹਾ ਜਿਹਾ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਉਂਕਿ ਇਹ ਕਨਸੈਪਟ ਹਰੇ ਪੰਜਾਬੀ ਇੰਡਸਟਰੀ ਦੇ ਵਿੱਚ ਨਹੀਂ ਛੇੜਿਆ ਗਿਆ ਕਿ ਕੁੜੀ ਲੰਬੀ ਹੈ ਅਤੇ ਮੁੰਡਾ ਛੋਟਾ ਜੇ ਕਹੀਏ ਕਿ ਜ਼ਿਆਦਾ ਇੰਜੋਏ ਮੈਂ ਕਿੱਥੇ ਕੀਤਾ ਤਾਂ ਉਹ ਡੈਫੀਨੇਟਲੀ ਮੈਂ ਮਾਹੀ ਮੇਰਾ ਨਿੱਕਾ ਜਿਹਾ ਦੇ ਸੈੱਟ ਦੇ ਉੱਤੇ ਕੀਤਾ ਇੱਕ ਤਾਂ ਕਾਮੇਡੀ ਫਿਲਮ ਨੂੰ ਸ਼ੂਟ ਕਰਦੇ ਹੋਏ ਵੈਸੇ ਹੀ ਮਾਹੌਲ ਹਲਕਾ ਫੁਲਕਾ ਜਿਹਾ ਹੁੰਦਾ ਅਤੇ ਦੂਜਾ ਪੁਖਰਾਜ ਅਤੇ ਕਰਨ ਨੂੰ ਮੈਂ ਪਹਿਲਾਂ ਤੋਂ ਜਾਣਦੀ ਸੀ ਤਾਂ ਮੈਂ ਕੰਫਰਟੇਬਲ ਬਹੁਤ ਸੀ ਅਤੇ ਇਹਨਾਂ ਦੀ ਸੈਂਸ ਆਫ ਹਿਊਮਰ ਦੋਨਾਂ ਦੇ ਬਹੁਤ ਵਧੀਆ ਨੇ ਅਤੇ ਜੇ ਨੋਰਮਲ ਮਤਲਬ ਸਾਡੇ ਡਾਇਲੋਗਸ ਹੀ ਵੈਸੇ ਤਾਂ ਕਿਉਂਕਿ ਸਕ੍ਰਿਪਟ ਇਹੋ ਜਿਹੀ ਹੈ ਡਾਇਲੋਗਸ ਬਹੁਤ ਫਨੀ ਨੇ ਤਾਂ ਇਨੈਕਟ ਕਰਦੇ ਹੋਏ ਮਜ਼ਾ ਆਉਂਦਾ ਹੀ ਹੈ ਤਾਂ ਇਹਨਾਂ ਨੇ ਆਫ ਦ ਕੈਮਰਾ ਵੀ ਕੁਛ ਨਾ ਕੁਛ ਇਹੋ ਜਿਹੀਆਂ ਗੱਲਾਂ ਕਰੀ ਜਾਣੀਆਂ ਹਾਸੇ ਮਜ਼ਾਕ ਕਰ ਲਈਆਂ ਤਾਂ ਉਹ ਇੰਜੋਏਬਲ ਐਕਸਪੀਰੀਅੰਸ ਕੋਈ ਹੈ
ਹੈ ਇਹੋ ਜੀ ਚੀਜ਼ ਜੋ ਹਜੇ ਵੀ ਯਾਦ ਹੋਵੇ ਅਸੀਂ ਇੱਕ ਦੋ ਵਾਰ ਸੀਨ ਕਰਦੇ ਹੋਏ ਨਾ ਵੀ ਜਿਵੇਂ ਕੋਈ ਸੀਰੀਅਸ ਸੀਨ ਕਰਨਾ ਤੇ ਅੱਗੋਂ ਹੱਸਣ ਲੱਗ ਜਾਣਾ ਬਖਰਾਜ ਨੇ ਤੇ ਉਹ ਸੀਰੀਅਸ ਤੇ ਉਸ ਆਪਦਾ ਮਤਲਬ ਸੀਰੀਅਸ ਸੀਨ ਦੇ ਵਿੱਚ ਫਿਰ ਉਹ ਸੀਰੀਅਸਨੈਸ ਰਹਿੰਦੀ ਨਹੀਂ ਹੈਗੀ ਕਿਉਂਕਿ ਤੁਹਾਡਾ ਯੂ ਨੋ ਉਹ ਕੌਮਿਕ ਦੇ ਇੱਕ ਵਾਰ ਛਿੜ ਜਾਂਦਾ ਹੈਗਾ ਤਾਂ ਇਹੋ ਜਿਹਾ ਕੁਛ ਚੱਲਦਾ ਰਿਹਾ ਬਟ ਲੇਕਿਨ ਗੈਟਿੰਗ ਬੈਕ ਟੂ ਦ ਟਰੈਕ ਅਸੀਂ ਕਰ ਹੀ ਲਏ ਫਿਰ ਸੀਰੀਅਸ ਸੀਨਸ ਵੀ ਪੂਰੀ ਤਰ੍ਹਾਂ ਓਕੇ ਅੱਛਾ ਪੁਖਰਾਜ ਤੁਸੀਂ ਨਾ ਕਾਫੀ ਟਾਈਮ ਬਾਅਦ ਇਕੱਠੇ ਕੰਮ ਕਰ ਰਹੇ ਹੋ ਹੈ ਨਾ ਕਿੰਨਾ ਕੁ ਫਰਕ ਇੱਕ ਦੋਨੋਂ ਇੱਕ ਦੂਜੇ ਦੇ ਵਿੱਚ ਦੇਖਣ ਨੂੰ ਮਿਲਿਆ ਯਾਰ ਜਦੋਂ ਉਹ ਉਸ ਟਾਈਮ ਆਪਾਂ ਸ਼ੂਟ ਕੀਤਾ ਸੀ ਉਦੋਂ ਤੋਂ ਕੁਛ ਹੋਰ ਸੀ ਤੇ ਹੁਣ ਕੁਛ ਹੋਰ ਹੋ ਗਿਆ ਐਕਚੁਅਲੀ ਇਦਾਂ ਮੈਨੂੰ ਲੱਗਦਾ ਨਹੀਂ ਕੋਈ ਫਰਕ ਹੈਗਾ ਕਿਉਂਕਿ ਅਸੀਂ ਵੈਸੇ ਵੀ ਇਕੱਠੇ ਹੀ ਹੁੰਦੇ ਹਾਂ ਜ਼ਿਆਦਾਤਰ ਜਦੋਂ ਅਸੀਂ ਲੁਧਿਆਣੇ ਜਾਂ ਦਰਾਹੇ ਵਾਲੇ ਪਾਸੇ ਹੁੰਦੇ ਹਾਂ ਉਦੋਂ ਇਹ ਨਾਲ ਹੁੰਦੇ ਹਾਂ ਜਾਂ ਇਹ ਆ ਜਾਂਦੇ ਨੇ ਲੁਧਿਆਣੇ ਜਦੋਂ ਇਹ ਚੰਡੀਗੜ੍ਹ ਆਉਂਦੇ ਆ ਤਾਂ ਅਸੀਂ ਇਕੱਠੇ ਹੀ ਹੁੰਦੇ ਹਾਂ ਇੱਥੇ ਸੋ ਇੱਦਾਂ ਕੋਈ ਬਹੁਤਾ ਫਰਕ ਤਾਂ ਮੇਰੇ ਹਿਸਾਬ ਨਾਲ ਉਦੋਂ ਹੋਵੇ ਜਦੋਂ ਗੈਪ ਪੈ ਗਿਆ ਹੋਵੇ ਕਾਫੀ ਟਾਈਮ ਦਾ ਸੋ ਇਕੱਠੇ ਹੀ ਹੋਈਦਾ ਜੀ ਅਤੇ ਐਕਟਿੰਗ ਦਾ ਜਿਹੜਾ ਸਟਾਈਲ ਹੁੰਦਾ ਉਹ ਮੇਰੇ ਹਿਸਾਬ ਨਾਲ ਹਰ ਐਕਟਰ ਦਾ ਇੱਕ ਆਪਦਾ ਪਰਟੀਕੁਲਰ ਇੱਕ ਸਟਾਈਲ ਹੁੰਦਾ ਹੀ ਹੈ ਵੀ ਉਹਨੇ ਕਿੱਦਾਂ ਵੇ ਆਫ ਉਹਦੀ ਡਿਲੀਵਰੀ ਕੀ ਹੈ ਕਿੱਦਾਂ ਜੈਸਚਰ ਦਿੰਦਾ ਸੋ ਉਹ ਉਹਨੂੰ ਜਦੋਂ ਤੁਸੀਂ ਕਿਸੇ ਕਰੈਕਟਰ ਲਈ ਉਸ ਚੀਜ਼ ਨੂੰ ਢਾਲਦੇ ਹੋ ਸੋ ਉਹ ਬਹੁਤ ਇੱਕ ਵੱਖਰੀ ਚੀਜ਼ ਲੱਗਦੀ ਹੈ ਅਤੇ ਇੱਦਾਂ ਦਾ ਹੀ ਵੱਖਰਾ ਟੇਸਟ ਦਰਸ਼ਕਾਂ ਨੂੰ ਲੱਗੂਗਾ ਮਹਿੰਦਰਾ ਨੇ ਕਹਿੰਦੇ ਦੇ ਵਿੱਚ ਅੱਛਾ ਅਸ਼ਨੀਨ ਇਸ ਦੇ ਵਿੱਚ ਨਾ ਟ੍ਰੇਲਰ ਦੇ ਵਿੱਚ ਅਸੀਂ ਦੇਖਿਆ ਜਾਂ ਫਿਲਮ ਦਾ ਜੋ ਕਨਸੈਪਟ ਹੈ ਤੁਹਾਡੇ ਘਰ ਦੇ ਤੁਹਾਡੇ ਲਈ ਲੰਬਾ ਮੁੰਡਾ ਲੱਭ ਰਹੇ ਹੈ ਨਾ ਰੀਅਲ ਲਾਈਫ ਦੇ ਵਿੱਚ ਘਰਦਿਆਂ ਦੀ ਕੀ ਡਿਮਾਂਡ ਹੈ ਰੀਅਲ ਲਾਈਫ ਦੇ ਵਿੱਚ ਵੀ ਇੱਦਾਂ ਹੈਗਾ ਘਰ ਦੇ ਲੰਬਾ ਮੁੰਡਾ ਲੱਭਦੇ ਨੇ ਉਹਨਾਂ ਨੂੰ ਐਟਲੀਸਟ ਐਵੇਂ ਤਾਂ ਹੁੰਦਾ ਹੈਗਾ ਕਿ ਬਰਾਬਰ ਦਾ ਤਾਂ ਹੋਵੇ ਠੀਕ ਹੈ ਕਿ ਜੇ ਮੈਂ 5-8 ਹਾਂ ਤਾਂ ਉਹ 5-9-10 ਤਾਂ ਐਟਲੀਸਟ ਹੋਵੇ ਲੇਕਿਨ ਮਤਲਬ ਐਵੇਂ ਨਹੀਂ ਹੈ ਕਿ ਹਾਈਟ ਇਜ਼ ਦੀ ਓਨਲੀ ਐਸਪੈਕਟ ਦੈਟ ਦੇ ਆਰ ਲੁਕਿੰਗ ਫੋਰ ਕਿਉਂਕਿ ਘਰ ਦੇ ਤਾਂ ਸਾਰਾ ਕੁਛ ਹੀ ਦੇਖਦੇ ਹੁੰਦੇ ਨੇ ਫਿਰ ਤਾਂ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਕਿਸ ਤਰੀਕੇ ਦਾ ਮੁੰਡਾ ਉਹਨਾਂ ਨੂੰ ਚਾਹੀਦਾ ਅੱਛਾ ਇਹ ਤਾਂ ਘਰ ਦੀਆਂ ਡਿਮਾਂਡ ਸੀ ਤੁਹਾਡੀ ਕੀ ਡਿਮਾਂਡ ਹੈ ਮੇਰੀ ਡਿਮਾਂਡਸ ਜੀ ਬਹੁਤ ਸਿੰਪਲ ਨੇ ਬਟ ਜਦੋਂ ਆਪਾਂ ਕਹਿੰਦੇ ਹਾਂ ਕਿ ਸਿੰਪਲ ਨੇ ਤਦ ਸੇਮ ਟਾਈਮ ਉਹ ਚੀਜ਼ਾਂ ਅੱਜ ਕੱਲ੍ਹ ਦੇ ਟਾਈਮ 'ਚ ਮਿਲਦੀਆਂ ਬਹੁਤ ਔਖੀਆਂ ਵੀ ਨੇ ਮੈਨੂੰ ਠੀਕ ਹੈ ਲੋਇਲਟੀ ਮੈਟਰਸ ਦ ਮੋਸਟ ਟੂ ਮੀ ਠੀਕ ਹੈ ਅਤੇ ਬਰੂਟਲੀ ਲੋਇਲ ਜਿਹਨੂੰ ਆਪਾਂ ਕਹਿੰਦੇ ਹਾਂ ਦੈਨ ਸੈਕਿੰਡਲੀ ਆਈ ਵਾਂਟ ਵੈਰੀ ਗੁੱਡ ਅੰਡਰਸਟੈਂਡਿੰਗ ਆਈ ਥਿੰਕ ਹਰ ਕਿਸੇ ਦੀ ਆਪਣੇ ਪਾਰਟਨਰ ਤੋਂ ਇਹੀ ਐਕਸਪੈਕਟੇਸ਼ਨ ਹੁੰਦੀ ਹੈ ਬਟ ਬੀਇੰਗ ਇਨ ਫਿਲਮ ਇੰਡਸਟਰੀ ਤਾਂ ਮੈਨੂੰ ਇਹੀ ਚਾਹੀਦਾ ਕਿ ਜਿਵੇਂ ਮੇਰੇ ਘਰਦਿਆਂ ਨੇ ਮੈਨੂੰ ਸਪੋਰਟ ਕੀਤਾ ਤਾਂ ਅੱਗੇ ਮੇਰਾ ਪਾਰਟਨਰ ਵੀ ਮੈਨੂੰ ਉਸੇ ਤਰੀਕੇ ਨਾਲ ਸਪੋਰਟ ਕਰੇ ਕੱਲ੍ਹ ਨੂੰ ਅੱਜ ਹੁਣ ਜੇ ਆ ਫਿਲਮ ਆ ਰਹੀ ਹੈ ਤਾਂ ਮੈਨੂੰ ਪਤਾ ਮੇਰੇ ਘਰ ਦੇ ਉਹਦੇ ਵਾਸਤੇ ਕਿੰਨੇ ਖੁਸ਼ ਨੇਗੇ ਤਾਂ ਉਹ ਵੀ ਅੱਗੇ ਇਸੇ ਤਰੀਕੇ ਨਾਲ ਖੁਸ਼ ਹੋਵੇ ਸਾਥ ਦੇਵੇ ਸਮਝੀ ਅਸੀਂ ਇੱਕ ਦੂਜੇ ਦੇ ਪੈਸ਼ਨ ਨੂੰ ਅਤੇ ਫਿਰ ਜ਼ਿੰਦਗੀ ਚੱਕੇ ਵਧੀਆ ਕਿਆ ਬਾਤ ਹੈ ਅੱਛਾ ਹੁਣ ਤੁਸੀਂ ਦੋਨਾਂ ਨੇ ਮੈਨੂੰ ਇੱਕ ਚੀਜ਼ ਦੱਸਣੀ ਹੈ ਕਿ ਪਿਓ ਪੁੱਤ ਜਦੋਂ ਸੈੱਟ 'ਤੇ ਹੁੰਦੇ ਆ ਤਾਂ ਪਿਓ ਦੇ ਵੱਲੋਂ ਪੁੱਤ ਨੂੰ ਕਿੰਨੀ ਕੁ ਟੋਂਟ ਮਾਰੀ ਜਾਂਦੀ ਹੈ ਜਾਂ ਕਿੰਨੀ ਕੁ ਹਲਕੀ ਹਲਕੀ ਉਂਗਲ ਬਹੁਤ ਭਾਜੀ ਡਾਂਗ ਚੱਕ ਲੈਂਦੇ ਨੇ ਬੱਦਰੀ ਬਣਾਉਂਦੇ ਨੇ ਜੀ ਬਹੁਤ ਇੱਦਾਂ ਦਾ ਕੁਛ ਨਹੀਂ ਹੈ ਵੀਰੇ ਬੜਾ ਕੂਲ ਜਿਹਾ ਮਾਹੌਲ ਆ ਕਦੇ ਲੱਗੇ ਨਹੀਂ ਸੈੱਟ 'ਤੇ ਜਾਂ ਘਰ ਵੀ ਜਿਵੇਂ ਬਾਈ ਨਾਲ ਚਲੇ ਗਏ ਅੰਕਲ ਬੈਠੇ ਉਹ ਜਿਵੇਂ ਉੱਥੇ ਘਰੇ ਹੁੰਦਾ ਮਾਹੌਲ ਉਵੇਂ ਸੈੱਟ 'ਤੇ ਹੁੰਦਾ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਉਹ ਟੋਂਟੇ ਨਹੀਂ ਮਾਰਦੇ ਕਹਿੰਦੀ ਔਲਾਦ ਕਿਉਂਕਿ ਪਿਓ ਪੁੱਤ ਦੇ ਵਿੱਚ ਇੱਦਾਂ ਦਾ ਚੱਲਦਾ ਰਹਿੰਦਾ ਹੈ ਨਾ ਤੇ ਦੋਨਾਂ ਦਾ ਸਾਨੂੰ ਨੇਚਰ ਨਹੀਂ ਬਣਿਆ ਤਾਂ ਡਾਇਲੋਗ ਘਰੇ ਹੀ ਸੀ ਪਹਿਲਾਂ ਡਾਇਲੋਗ ਫਿਲਮ 'ਚ ਤਾਂ ਬਾਅਦ 'ਚ ਆਇਆ ਅੱਛਾ ਉਹ ਘਰੋਂ ਹੀ ਚੱਕਿਆ ਗਿਆ ਹਾਂ ਇਹ ਪਰਸਨਲ ਡਾਇਲੋਗ ਆ ਬਕਰਾਏ ਦਾ ਜੀ ਉਹ ਹਾਂਜੀ ਉਹ ਮੇਰੇ ਤੇ ਯੂਜ਼ ਹੁੰਦਾ ਸੀਗਾ ਜੀ ਅੱਛਾ ਪੁਖਰਾਜ ਮੈਂ ਤੁਹਾਡੇ ਤੋਂ ਪੁੱਛਣਾ ਸੀਗਾ ਕਿ ਜਦੋਂ ਸ਼ੂਟ ਚੱਲ ਰਿਹਾ ਹੁੰਦਾ ਭੱਲਾ ਸਾਹਿਬ ਤੁਹਾਡੇ ਕੋਲ ਖੜੇ ਹੁੰਦੇ ਆ ਕੋਈ ਰੋਮਾਂਟਿਕ ਜਿਹਾ ਜਦੋਂ ਸੀਨ ਆਉਂਦਾ ਉਦੋਂ ਤੁਸੀਂ ਔਕਵਰਡ ਹੁੰਦੇ ਹੋ ਥੋੜ੍ਹਾ ਜਿਹਾ ਨਹੀਂ ਨਹੀਂ ਉਹ ਤਾਂ ਮੈਂ ਸਤਿੰਦਰ ਭਾਈ ਨੂੰ ਕਹਿ ਜਾਣਾ ਪਾਸੇ ਲੈ ਜਾਓ ਇਹਨਾਂ ਨੂੰ ਜਾਂ ਜਦੋਂ ਉਹਨਾਂ ਦਾ ਚੱਲ ਰਿਹਾ ਹੁੰਦਾ ਫਿਰ ਫਿਰ ਉਹ ਮੈਨੂੰ ਭੇਜ ਦਿੰਦਾ ਇਹ ਜੀ ਨਹੀਂ ਕੋਈ ਗੱਲ ਹੈਗੀ ਜੀ ਇਹ ਪ੍ਰੋਫੈਸ਼ਨ ਆ ਸਾਡਾ ਪੈਸ਼ਨ ਆ ਅਤੇ ਇਹਦੇ 'ਚ ਕੋਈ ਜੱਕ ਨਹੀਂ ਕੋਈ ਸੰਗ ਨਹੀਂ ਕੋਈ ਸ਼ਰਮ ਨਹੀਂ ਓਕੇ ਨਹੀਂ ਅਤੇ ਰੋਮੈਂਟਿਕ ਸੀਨ ਨੂੰ ਲੈ ਕੇ ਕਦੇ ਇੱਕ ਦੂਜੇ ਨੂੰ ਸਲਾਹ ਦਿੱਤੀ ਆ ਕਿ ਇੱਦਾਂ ਨਹੀਂ ਇੱਦਾਂ ਕਰ ਲਓ ਇੱਦਾਂ ਨਹੀਂ ਇੱਦਾਂ ਕਰ ਲਓ ਨਹੀਂ ਉਹ ਸਾਨੂੰ ਪਤਾ ਇੱਕ ਦੂਜੇ ਦਾ ਕਰ ਹੀ ਲੈਣਾ ਰੋਮੈਂਟਿਕ ਸੀਨ ਕਰ ਲੈਣਾ ਵਿਆਹ ਹੋ ਗਿਆ ਜੀ ਓਕੇ ਅੱਛਾ ਹੁਣ ਨਾ ਇੱਧਰ ਲੰਬਾ ਮੁੰਡਾ ਵੀ ਹੈ ਇੱਧਰ ਥੋੜ੍ਹਾ ਛੋਟੀ ਹਾਈਟ ਵਾਲਾ ਮੁੰਡਾ ਵੀ ਹੈ ਉਹਨਾਂ ਨੇ ਫਾਇਦੇ ਕਰਾਉਣੇ ਆ ਕਿ ਲੰਬੇ ਮੁੰਡੇ ਨਾਲ ਵਿਆਹ ਕਰਨ ਦੇ ਕੀ ਫਾਇਦੇ ਹੁੰਦੇ ਆ ਅਤੇ ਤੁਸੀਂ ਕਰਾਉਣੇ ਆ ਛੋਟੀ ਹਾਈਟ ਵਾਲੇ ਨਾਲ ਵਿਆਹ ਕਰਨ ਦੇ ਕੀ ਫਾਇਦੇ ਹੁੰਦੇ ਆ ਠੀਕ ਹੈ ਜੀ ਹੋ ਜਾਓ ਸ਼ੁਰੂ ਹੋਰ ਲੰਬੇ ਬੰਦੇ ਦੇ ਕੀ ਫਾਇਦੇ ਦੇਖੋ ਜੀ ਮੈਟਰ ਤਾਂ ਕਰਦਾ ਜੀ ਵੀ ਤੁਸੀਂ ਕਿੰਨਾ ਕੁ ਇੱਕ ਦੂਜੇ ਨੂੰ ਸਮਝਦੇ ਹੋ ਕਿੰਨਾ ਕੁ ਤੁਹਾਡੇ ਦਿਲ ਮਿਲਦੇ ਨੇ ਆਪਸ 'ਚ
ਕਿੰਨਾ ਕੁ ਇੱਕ ਦੂਜੇ ਨੂੰ ਤੁਸੀਂ ਵਧੀਆ ਤਰੀਕੇ ਨਾਲ ਅੰਡਰਸਟੈਂਡ ਕਰਦੇ ਹੋ, ਹੈ ਨਾ। ਜਿਵੇਂ ਹੁਣ ਇਸ ਫਿਲਮ ਦੇ ਵਿੱਚ ਇੱਦਾਂ ਦੀਆਂ ਬਹੁਤ ਚੀਜ਼ਾਂ ਨੇ, ਹੁਣ ਜਦੋਂ ਇਹ ਇਹਨਾਂ ਨਾਲ ਕਿਤੇ ਜਾਂਦੇ ਨੇ ਤਾਂ ਮੇਰੇ 'ਤੇ ਕੀ ਬੀਤਦੀ ਆ, ਉਹ ਚੀਜ਼ਾਂ ਇਨ ਕੌਮਿਕ ਵੇ, ਮਤਲਬ ਕੌਮੇਡੀ ਦੇ ਹਿਸਾਬ ਦੇ ਨਾਲ। ਸੋ ਉਹ ਚੀਜ਼ਾਂ ਮੈਂ ਕੀ ਕੋਸ਼ਿਸ਼ਾਂ ਕਰਦਾ ਵੀ ਇਹ ਇਹਨਾਂ ਨਾਲ ਨਾ ਜਾ ਸਕਣ, ਉਹ ਕੀ ਗੈਗਸ ਨੇ ਸਾਰੇ ਉਹ ਮੇਰੇ ਹਿਸਾਬ ਨਾਲ ਤਾਂ ਵੀ ਬਹੁਤ ਹੀ ਜ਼ਿਆਦਾ ਐਂਟਰਟੇਨਿੰਗ ਗੈਗਸ ਬਣੇ ਨੇ ਉਹ, ਤਾਂ ਲੋਕਾਂ ਨੂੰ ਬਹੁਤ ਪਸੰਦ ਆਉਣਗੇ ਜੀ। ਕਿਆ ਬਾਤ ਹੈ। ਸੋ ਲੰਬੀ ਹਾਈਟ ਅਤੇ ਛੋਟੀ ਹਾਈਟ ਦੇ ਫਾਇਦੇ ਪੁੱਛੇ ਸੀਗੇ, ਹੁਣ ਆਹ ਪਤਾ ਲੱਗ ਗਿਆ ਜਿਹੜੀ ਕੁੜੀਆਂ ਕਹਿੰਦੀਆਂ ਨਾ ਕਿ ਲੰਬੇ ਮੁੰਡੇ ਚਾਹੀਦੇ ਆ, ਆਹੀ ਫਾਇਦਾ ਕਿ ਸਿਰਫ ਪੱਖੇ ਟਾਈਮ 'ਤੇ ਸਾਫ਼ ਹੋ ਜਾਂਦੇ। ਅੱਛਾ, ਇਸ ਫਿਲਮ ਦੇ ਗਾਣੇ ਬੜੇ ਸੋਹਣੇ ਆ, ਦੋ ਗਾਣੇ ਤਾਂ ਅਸੀਂ ਸੁਣ ਵੀ ਚੁੱਕੇ ਹਾਂ, ਹੈ ਨਾ, ਅਤੇ ਉਹ ਗਾਣਾ ਤੁਸੀਂ ਗਾਣਾ ਚਾਹੋਗੇ ਕਿਉਂਕਿ ਤੁਸੀਂ ਗਾਣਾ ਸ਼ੁਰੂ ਕਰ ਦਿੱਤਾ, ਇੱਕ ਦੋ ਗਾਣੇ ਤੁਹਾਡੇ ਆ ਗਏ ਆ। ਜੀ ਐਕਚੁਲੀ ਉਹ ਤਾਂ ਮੇਰੇ ਵੈਸੇ ਕਈ ਚੈਨਲ ਵਿਹਲਾ ਪਿਆ ਹੁੰਦਾ ਉਹ 'ਤੇ ਪਾ ਦੇਈਦੇ ਆ, ਜਾਂ ਆਪਣੇ ਯਾਰ ਜਿਗਰੀ ਜਿਹੜਾ ਸਾਡਾ ਚੱਲਦਾ ਹੁੰਦਾ ਉਹਦੇ 'ਚ ਅਸੀਂ ਇੱਕ ਦੋ ਵਿੱਚ ਪਾ ਦਿੰਦੇ ਹਾਂ, ਇਸ ਸੱਚ ਕੋਈ ਇੰਨਾ ਨਹੀਂ ਹੈਗਾ, ਬਟ ਨਾਲ ਨਾਲ ਕਰੀ ਜਾਈਦਾ ਉਹ ਵੀ। ਅੱਛਾ, ਉੱਦਾਂ ਨਹੀਂ ਕਦੇ ਸੋਚਿਆ ਕਰਨ ਤੁਸੀਂ ਜਾਂ ਫਿਰ ਪੁਖਰਾਜ ਤੁਸੀਂ ਕਿ ਯਾਰ ਗਾਣੇ ਗੁਣੇ ਗਾਈਏ, ਸਾਡੇ ਵੀ ਅਖਾੜੇ ਲੱਗਣ, ਇੱਕ ਪਾਸੇ ਐਕਟਿੰਗ ਵੀ ਚੱਲਦੀ ਰਹੇ, ਆਹ ਵੀ ਚੱਲਦੇ ਰਹੇ, ਕਿਉਂਕਿ ਸਾਰੇ ਸਿੰਗਰਸ ਅੱਜ ਕੱਲ੍ਹ ਐਕਟਿੰਗ ਵੱਲ ਆ, ਅਤੇ ਐਕਟਰਸ ਨੂੰ ਵੀ ਚਾਹੀਦਾ ਕਿ ਹੁਣ ਉੱਧਰ ਜਾਵੇ। ਬਸ ਦੇਖੋ ਇਹ ਤਾਂ ਉਹ ਹੈਗਾ ਹੀ ਆ ਜੀ, ਮਤਲਬ ਜਿਵੇਂ ਮਾੜਾ ਮੋਟਾ ਸ਼ੌਂਕ ਹੈਗਾ ਆ, ਪਰ ਜੇ ਜਿਵੇਂ ਮਤਲਬ ਮੇਨ ਸਟ੍ਰੀਮ ਤਾਂ ਸਾਡਾ ਫੋਕਸ ਪੂਰਾ ਐਕਟਿੰਗ 'ਤੇ ਹੀ ਆ, ਬਟ ਉਹ ਸਾਈਡ ਬਾਏ ਸਾਈਡ ਜਿਵੇਂ ਤੁਸੀਂ ਵੈਸੇ ਜੀ ਕੀਤਾ ਕੋਈ, ਜੇ ਕੋਈ ਵਧੀਆ ਗਾਣਾ ਹੱਥ 'ਚ ਆਉਂਦਾ ਹੈ ਨਾ ਤਾਂ ਵਧੀਆ ਬਣ ਜਾਂਦਾ ਬਾਏ ਚਾਂਸ, ਅਤੇ ਉਹਨੂੰ ਤੁਸੀਂ ਕਿਉਂ ਨਹੀਂ ਰਿਲੀਜ਼ ਕਰੋਗੇ, ਅਤੇ ਉਹ ਵਧੀਆ ਤੁਹਾਡਾ ਸਪੋਟੀਫਾਈ 'ਤੇ ਜਾਂ ਯੂਟਿਊਬ ਦੇ ਉੱਤੇ ਜਿੱਥੇ ਵੀ ਤੁਸੀਂ ਚਲਾਉਣਾ ਚਾਹੋ ਤਾਂ ਮੇਰੇ ਹਿਸਾਬ ਨਾਲ ਉਹ ਵੀ ਚੱਲੀ ਜਾਏ ਨਾਲ ਵਧੀਆ। ਅੱਛਾ, ਹੁਣ ਆਪਾਂ ਤੁਹਾਡੇ ਥੋੜ੍ਹੇ ਅਪਕਮਿੰਗ ਪ੍ਰੋਜੈਕਟਸ ਦੀ ਗੱਲ ਕਰ ਲਈਏ। ਪਹਿਲਾਂ ਤਾਂ ਇਹ ਦੱਸੋ ਕਿ ਯਾਰ ਜਿਗਰੀ ਕਸੂਤੀ ਡਿਗਰੀ 3 ਕਦੋਂ ਆਉਣੀ ਹੈ, ਕਿਉਂਕਿ ਸਾਰੇ ਹੀ ਵੇਟ ਕਰ ਰਹੇ ਉਹਦਾ। ਉਹਦਾ ਐਕਚੁਲੀ ਹਜੇ ਜੀ ਜਿਹੜੇ ਸਾਡੇ ਡਾਇਰੈਕਟਰ ਸਾਹਿਬ ਨੇ ਉਹ ਕੋਈ ਹੋਰ ਸੀਰੀਜ਼ ਬਣਾ ਰਹੇ ਨੇ, ਸੋ ਉਹਦਾ ਵੀ ਸ਼ੂਟ ਕੰਪਲੀਟ ਆਲਮੋਸਟ ਹੋ ਗਿਆ, ਉਹ ਜਦੋਂ ਹੁਣ ਨੈਕਸਟ ਮੰਥ ਤੱਕ ਜਦੋਂ ਉਹ ਰਿਲੀਜ਼ ਹੋਊਗੀ, ਜਦੋਂ ਸ਼ੁਰੂ ਹੋਊਗੀ ਆਉਣੀ, ਅਤੇ ਉਦੋਂ ਬਾਅਦ ਹੀ ਫਿਰ ਜਦੋਂ ਉਹ ਖਤਮ ਹੋਊਗੀ ਉਦੋਂ ਬਾਅਦ ਅਸੀਂ ਸ਼ੁਰੂ ਕਰਾਂਗੇ ਜੀ ਥਰਡ ਪਾਰਟ ਦਾ। ਅੱਛਾ, ਹਸ਼ਨੀਨ ਤੁਹਾਡਾ ਆ ਰਿਹਾ ਕਿ ਸਭ ਫੜੇ ਜਾਣਗੇ, ਉਹ ਕਿਹੋ ਜਿਹੀ ਫਿਲਮ ਹੈ, ਕਿਹੋ ਜਿਹਾ ਕਰੈਕਟਰ ਹੈ? ਜੀ ਜਿਹੜੀ ਫਿਲਮ ਹੈ ਸਭ ਫੜੇ ਜਾਣਗੇ, ਉਹ ਇੱਕ ਰਾਤ ਦੀ ਕਹਾਣੀ ਹੈ, ਕਿ ਇਟਸ ਅ ਮਿਸਟਰੀ, ਠੀਕ ਹੈ, ਅਤੇ ਮਤਲਬ ਉਹ ਇੱਕ ਰਾਤ ਦੇ ਵਿੱਚ ਕੋਈ ਮਿਸਟਰੀ ਹੈ ਜਿਹਨੂੰ ਸੋਲਵ ਕਰਨਾ ਹੈ, ਅਤੇ ਉਹਦੇ ਵਿੱਚ ਮੇਰੀ ਪੇਅਰਿੰਗ ਹਰੀਸ਼ ਵਰਮਾ ਜੀ ਨਾਲ ਹੈ, ਅਤੇ ਉਹ ਕਹਾਣੀ ਬੇਸਿਕਲੀ ਤਾਂ ਉਹਦੇ ਵਿੱਚ ਜਿੱਦਾਂ ਦਾ ਮੇਰਾ ਰੋਲ ਹੈਗਾ ਤਾਂ ਇਟਸ ਦ ਲਵ ਐਂਗਲ, ਠੀਕ ਹੈ, ਜਿਹਦੇ ਵਿੱਚ ਮੈਨੂੰ ਪੋਰਟਰੇਅ ਕੀਤਾ ਗਿਆ ਹੈ, ਅਤੇ ਮੇਜਰਲੀ ਜਿਹੜਾ ਪਲੋਟ ਹੈ ਉਹ ਉਹਨਾਂ ਦੇ ਅਰਾਊਂਡ ਹੀ ਰਿਵੋਲਵ ਹੁੰਦਾ ਤਾਂ। ਬਟ ਲੇਕਿਨ ਆਈ ਥਿੰਕ ਜਿਵੇਂ ਇੱਕ ਪਹਿਲਾਂ ਵੀ ਆਈ ਸੀਗੀ ਪੰਜਾਬੀ ਸਿਨੇਮਾ ਦੇ ਵਿੱਚ ਸਭ ਬਹਾਦਰ, ਇੱਕ ਰਾਤ ਦੀ ਕਹਾਣੀ ਸੋਲਵ ਕਰਨਾ, ਉਹੀ ਜਿਹਾ ਕੁਛ ਕਨਸੈਪਟ ਹੈਗਾ। ਹਾਂਜੀ, ਬਟ ਆਈ ਥਿੰਕ ਆਡੀਅੰਸ ਪਸੰਦ ਕਰੇਗੀ ਸ਼ਾਇਦ ਉਹਨੂੰ ਵੀ, ਅਤੇ ਦੈਟਸ ਅਬਾਊਟ ਇਟ। ਓਕੇ, ਅੱਛਾ ਪੁਖਰਾਜ ਤੁਹਾਡੀ ਵੀ ਆ ਰਹੀ ਹੈ, ਕਿਹੜੀ ਆ ਰਹੀ ਹੈ? ਅੱਖੀਆਂ ਉਡੀਕਦੀਆਂ, ਉਸਦਾ ਸ਼ੂਟ ਹੋ ਚੁੱਕਿਆ, ਉਸਦੀ ਕੁਛ ਅਨਾਊਂਸਮੈਂਟ ਨਹੀਂ ਹੋਈ? ਉਹ ਬੇਸਿਕਲੀ ਜੀ ਉਹ ਮੇਜਰਲੀ ਜੇ ਆਪਾਂ ਗੱਲ ਕਰੀਏ ਉਹ ਡੈਡ ਹੋਣਾ ਦੀ ਹੀ ਫਿਲਮ ਆ, ਮੇਰਾ ਵਿੱਚ ਜਸਟ ਕੈਮਿਓ ਆ ਉਸ ਫਿਲਮ ਦੇ ਵਿੱਚ, ਉਹਨੂੰ ਛੱਡ ਕੇ ਮੇਰੀ ਆ ਰਹੀ ਆ ਜੀ, ਪਹਿਲਾਂ ਸ਼ੂਟ ਕੀਤੀ ਹੋਈ ਸੀਗੀ ਤੇਰੀਆਂ ਮੇਰੀਆਂ ਹੇਰਾ ਫੇਰੀਆਂ, ਉਹ ਸ਼ਾਇਦ ਇਸੇ ਸਾਲ ਦੇ ਵਿੱਚ ਆ ਜੇ, ਸੋ ਉਹ ਆਊਗੀ ਜੀ। ਫਿਰ ਯਾਰ ਜਿਗਰੀ ਅੱਗੇ ਪਲੈਨਡ ਹੈਗਾ ਜੀ, ਅਤੇ ਫਿਰ ਇੱਕ ਹੈਗੀ ਆ ਜੀ ਸਾਡੀ, ਉਹ ਨੈਕਸਟ ਮੰਥ ਹਜੇ ਅਸੀਂ ਸ਼ੁਰੂ ਕਰਨੀ ਆ ਜੀ, ਉਹ UK ਹੋਣੀ ਆ ਸ਼ੁਰੂ, ਸੋ ਉਹ ਨੈਕਸਟ ਮੰਥ ਹੈਗੀ ਆ ਜੀ, ਅਤੇ ਇੱਕ ਹੋਰ ਸੀਗੀ ਨਾ ਭੁੱਲ ਗਿਆ, ਉਹ ਮਤਲਬ ਜਾਣੀ ਇਸ ਸਾਲ ਦਾ ਪਾਈਪਲਾਈਨ 'ਚ ਹੈਗਾ ਕੰਮ। ਕਿਆ ਬਾਤ ਹੈ। ਚਲੋ ਅਪਕਮਿੰਗ ਪ੍ਰੋਜੈਕਟਸ ਦੀ ਵੀ ਅਸੀਂ ਗੱਲ ਕਰੀ, ਹੁਣ ਫਿਰ ਮਾਹੀ ਮੇਰਾ ਨਿੱਕਾ ਜਿਹਾ 'ਤੇ ਆ ਜਾਈਏ, ਜਾਣ ਲੱਗੇ ਕੁਛ ਕਹਿ ਦਿਓ। ਸੋ ਸਾਡੀ ਫਿਲਮ ਆ ਰਹੀ ਆ ਜੀ ਮਾਹੀ ਮੇਰਾ ਨਿੱਕਾ ਜਿਹਾ 3 ਜੂਨ ਨੂੰ, ਸੋ ਪਲੀਜ਼ ਹਮਹਮਾ ਕੇ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਪਹੁੰਚਿਓ, ਅਤੇ ਅਸੀਂ ਉਮੀਦ ਕਰਦੇ ਹਾਂ, ਆਸ ਕਰਦੇ ਹਾਂ ਕਿ ਤੁਹਾਨੂੰ ਫਿਲਮ ਬਹੁਤ ਹੀ ਜ਼ਿਆਦਾ ਪਸੰਦ ਆਊਗੀ। ਗਰੰਟੀ ਚੱਕਦੇ ਹਾਂ ਜੀ ਇਸ ਚੀਜ਼ ਦੀ ਕਿ ਤੁਹਾਨੂੰ ਰਿਗਰੈਟ ਬਿਲਕੁਲ ਨਹੀਂ ਹੋਊਗਾ ਫਿਲਮ ਦੇਖ ਕੇ, ਤੁਹਾਡੇ ਪੈਸੇ ਵਸੂਲ ਹੋਣਗੇ, ਤੁਸੀਂ ਇੰਜੋਏ ਪੂਰਾ ਕਰਕੇ ਆਓਗੇ, ਤੁਹਾਡਾ ਵੀਕਐਂਡ ਬਹੁਤ ਸੋਹਣਾ ਨਿਕਲੂਗਾ। ਸੋ 3 ਜੂਨ ਮਾਹੀ ਮੇਰਾ ਨਿੱਕਾ ਜਿਹਾ। ਇੱਕ ਗੱਲ ਕਹਿਣੀ ਰਹਿ ਗਈ ਕਿ ਟਿਕਟਾਂ ਨਾਲ ਨਾਲ ਫੀਤੇ ਵੀ ਮਿਲੂਗੇ? ਹਾਂ, ਫੀਤੇ ਵੀ ਮਿਲ ਜਾਣਗੇ ਜੀ। ਸੋ
ਜਿਨ੍ਹਾਂ ਦੀ ਚਲੋ ਇੱਕ ਹੋਰ ਚੀਜ਼ ਇਹਨਾਂ ਨੂੰ ਆਪਾਂ ਕਹਿ ਕੇ ਪ੍ਰੋਡਿਊਸਰਾਂ ਨੂੰ ਕਰਾ ਲੈਂਦੇ ਹਾਂ ਵੀ ਜਿਨ੍ਹਾਂ ਜਿਹੜੇ ਨਿੱਕੇ ਨਿੱਕੇ ਆਉਣਗੇ ਉਹਨਾਂ ਨੂੰ ਥੋੜ੍ਹੀ ਰਿਫੰਡ ਕਰਾ ਦਾਂਗੇ ਟਿਕਟਾਂ ਸਾਡੀਆਂ ਸਾਡੀਆਂ ਮਾੜੀ ਮੋਟੀ ਰਿਫੰਡ ਨਹੀਂ ਚਲੋ ਘੱਟ ਕਰਾ ਲਾਂਗੇ ਥੋੜ੍ਹੀ ਜਿਹੀ 50-50 ਹਾਂ ਓਕੇ ਭਾਜੀ ਥੈਂਕ ਯੂ ਸੋ ਮੱਚ ਚਲੋ ਥੈਂਕ ਯੂ ਸੋ ਮੱਚ ਜੀ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਜੀ